बटाला के श्री हरगोबिंदपुर के पिंड मेतला दे विच एक टिप्पर ड्राइवर की मिट्टी की टिक के थले आने करके मौत हुई है। दरअसल एक पैली दे विच्चों मिट्टी पुट रहा है कि इस दौरान ही वह मिट्टी के हेठां डब्बिया गया, जिस तों बाद उसनों गंभीर हालत में हस्पताल च ले जाया गया जिथे उसकी मौत हुई है। इस सारे घटनाक्रम संबंधी पुलिस अधिकारी तो अलावा मृतक के परिवारक मैंबर ने भी होर जानकारी दी है। ਭਾਜੀ ਮੈਨੂੰ ਪੂਰਾ ਮੈਨੂੰ ਵੀ ਨਹੀਂ ਪਤਾ ਹੈਗਾ, ਮੈਂ ਤਾਂ ਨਗਰ ਕੀਰਤਨ 'ਤੇ ਗਈ ਸੀ, ਥੋੜ੍ਹੀ ਦੇਰ ਬਾਅਦ ਮੈਂ ਆ ਗਈ ਅਤੇ ਉਹ ਮੈਂ ਉਹਨਾਂ ਦੇ ਫੋਨ 'ਤੇ ਫੋਨ ਲਾਇਆ, ਕਿਸੇ ਮੁੰਡੇ ਕੋਲ ਸੀ ਫੋਨ, ਉਹ ਕਹਿੰਦੇ ਕਿ ਐਮਰਜੈਂਸੀ ਵਿੱਚ ਖੜਿਆ, ਉਹਨਾਂ ਦੇ ਸੱਟ ਲੱਗ ਗਈ, ਮੈਨੂੰ ਸੱਟ ਦੱਸਿਆ, ਫਿਰ ਮੈਂ ਫੋਨ ਕੀਤਾ ਅਤੇ ਉਹ ਕਹਿੰਦੇ ਉਹਨਾਂ 'ਤੇ ਨਾ ਮਿੱਟੀ ਡਿੱਗ ਗਈ, ਉਹ ਤੋਂ ਬਾਅਦ ਮੈਨੂੰ ਨਹੀਂ ਪਤਾ। ਉਹ ਟਿੱਪਰ ਚਲਾਉਂਦੇ ਜੇਸੀ, ਹਾਂਜੀ ਭਾਜੀ ਕਾਫੀ ਦੇਰ ਦੇ ਚਲਾਉਂਦੇ ਆ। ਭਾਜੀ ਮੈਂ ਸਾਰਿਆਂ ਤੋਂ ਵੱਡੀ ਆ, ਤਿੰਨ ਬ੍ਰਦਰ ਵਾ, ਮੇਰੀ ਛੋਟੀ ਜੀ ਬੇਟੀ ਆ, ਇੱਕ ਗੁੜੀਆ ਵਾ, 3 ਸਾਲ ਹਜੇ ਫਰਵਰੀ ਨੂੰ 3 ਸਾਲ ਦੀ ਹੋਣੀ ਭਾਜੀ। ਉਹ ਹਜੇ ਕੁਛ ਨਹੀਂ ਦੱਸਿਆ ਭਾਜੀ, ਮੈਨੂੰ ਕੁਛ ਨਹੀਂ ਦੱਸਿਆ, ਹਜੇ ਕਿਸੇ ਨੂੰ ਕੁਛ ਨਹੀਂ ਪਤਾ। ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਆਏ ਆ, ਪਤਾ ਲੱਗਾ ਕਿ ਇੱਕ ਸਾਬਕਾ ਸਰਪੰਚ ਕੁਲਦੀਪ ਸਿੰਘ ਹੈ, ਮਾੜੀ ਪਨਵਾ ਦੇ ਰਹਿਣ ਵਾਲੇ ਹੈ। ਉਹ ਉਹਨਾਂ ਕੋਲ ਆਪਣੀ ਪੈਲੀ ਜਿਹੜੀ ਆ ਉਹਦੇ ਵਿੱਚੋਂ ਮਿੱਟੀ ਨੂੰ ਡਿੱਗ ਕਰਨ ਦੀ ਪਰਮਿਸ਼ਨ ਸੀ, ਉਹ ਆਪਣੀ ਮਿੱਟੀ ਨੂੰ ਡਿੱਗ ਕਰ ਰਹੇ ਸੀ ਅਤੇ ਉਹਨਾਂ ਦਾ ਕੋਈ ਜੇ ਟਿੱਪਰ ਦਾ ਡਰਾਈਵਰ ਆ ਉਹ ਮਿੱਟੀ ਥੱਲੇ ਆ ਕੇ ਸ਼ਾਇਦ ਉਹਨੂੰ ਵੀ ਉਹਨੂੰ ਪ੍ਰੋਬਲਮ ਆਈ ਆ, ਉਹਨੂੰ ਕਿਤੇ ਉੱਥੋਂ ਲੈ ਗਏ ਨੇ। ਹੁਣ ਪਤਾ ਲੱਗਾ ਉਹਦੀ ਡੈਥ ਹੋ ਗਈ, SHO ਸਾਹਿਬ ਉੱਧਰ ਗਏ ਨੇ, ਕਾਰਵਾਈ ਕਰਨਗੇ ਉਹਦੀ। ਅਤੇ ਜਿਹੜੀ ਇਹ ਗੱਲ ਮਾਈਨਿੰਗ ਵਾਲੀ ਹੈ ਜਾਂ ਉਹਦੀ ਕੋਈ ਮਸ਼ੀਨ ਯੂਜ਼ ਕਰਨ ਦੀ ਗੱਲ ਹੈ, ਉਸ ਤੋਂ ਬਾਅਦ ਪਤਾ ਲੱਗਾ ਉਸ ਤੋਂ ਬਾਅਦ ਮਾਈਨਿੰਗ ਅਫਸਰ ਆ ਰਹੇ ਨੇ ਮੌਕੇ 'ਤੇ, ਉਹ ਉਹਦੀ ਟੈਕਨੀਕਲਿਟੀ ਨੂੰ ਚੈੱਕ ਕਰਨਗੇ। ਜੇ ਉਹ ਕੋਈ ਟੈਕਨੋਲੋਜੀ ਫਾਲਟ ਹੋਏਗਾ ਜ਼ਰੂਰ ਉਹ ਮਤਲਬ ਕਾਰਕੁਨੀ ਕਾਰੀ ਕਰਾਂਗੇ। ਇਹ ਜਿਹੜੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਹੈ, ਇਹਦੀ ਟੈਕਨੋਲੋਜੀ ਜਿਹੜੀ ਆ ਉਹ ਜਿਹੜੀ ਸੰਬੰਧਿਤ ਡਿਪਾਰਟਮੈਂਟ ਉਹ ਬਿਹਤਰ ਜਾਣਦਾ, ਉਹ ਮੌਕੇ 'ਤੇ ਆ ਰਹੇ ਨੇ ਅਤੇ ਉਹਦੇ ਮੁਤਾਬਕ ਜਿਸ ਤਰ੍ਹਾਂ ਉਹਨੂੰ ਕਰਨਗੇ ਅਸੀਂ ਕਾਰਵਾਈ ਕਰਾਂਗੇ। ਇਹ ਗੁਰਜੀਤ ਸਿੰਘ ਸਨ ਆਫ ਜਸਵੰਤ ਸਿੰਘ ਹੈ, ਪਿੰਡ ਮੇਤਲਾ ਪੀ ਸ਼੍ਰੀ ਹਰਗੋਬਿੰਦ ਥਾਣੇ ਦਾ ਰਹਿਣ ਵਾਲਾ ਅਤੇ ਉਹਦੀ 30 ਸਾਲ ਉਮਰ ਹੈ। ਇਹ ਤਾਂ ਪਤਾ ਲੱਗਾ ਉਹਦੀ ਡੈਥ ਹੋਈ ਹੈ, ਉਹਦੇ ਮੁਤਾਬਕ ਜਿਹੜੀ ਉਹਦੀ ਉਹਦੇ ਕਾਰਵਾਈ ਕਰਨ ਵਾਸਤੇ ਸੋ ਉਹਦੇ ਮੌਕੇ 'ਤੇ ਗਏ ਹੋਏ ਨੇ, ਉਦੋਂ ਉੱਧਰ ਗਏ ਹੋਏ ਨੇ, ਜਿਸ ਤਰ੍ਹਾਂ ਦੀ ਉਹ ਹਾਲਾਤ ਨੂੰ ਕਾਰਵਾਈ ਕੀਤੀ ਜਾਵੇਗੀ। ਹੋਰ ਕਿੰਨੇ ਲੋਕ ਸਨ ਇੱਥੇ ਇਹਦੇ ਬਾਰੇ ਹਾਲੇ ਮੌਕੇ ਦੇ ਮੁਤਾਬਕ ਜਿੰਨੀ ਸਾਨੂੰ ਮੌਕੇ 'ਤੇ ਲੱਗੀ ਪਤਾ ਤੁਹਾਨੂੰ ਸੀਗਾ, ਬਾਕੀ ਜਿੰਨੀ ਪਤਾ ਨਹੀਂ ਸਕਦਾ। ਜਿਹੜੀ ਤਾਂ ਜਿਹੜੀ ਮਾਈਨਿੰਗ ਵਾਲੀ ਹੈ ਉਹ ਜਿਸ ਤਰ੍ਹਾਂ ਮਾਈਨਿੰਗ ਡਿਪਾਰਟਮੈਂਟ ਲਿਖ ਕੇ ਦੇਗਾ ਸਾਰੀ ਉਹ ਕਾਰਵਾਈ ਕਰਾਂਗੇ, ਬਾਕੀ ਜਿਹੜੇ ਉਹ ਜਿਹੜਾ ਮਿੱਤਰ ਹੈਗਾ ਉਹਦੀ ਬੰਦੀ ਕਰਾਂਗੇ। ਬਟਾਲਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।